पिछले कुछ दिन हो गए हम अपने स्वास्थ्य को समाप्त करते हुए अपने परिवार को रिश्तेदार सास संबंधी समूह नगर निवासी सदीवी छोड़ा देकर महाभारत अनुसार अज आप सारी संगत
ਸਰਦਾਰ ਪੰਨੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦੇ ਭੋਗ ਪਾਏ ਗਏ ਹੈ। ਉਸ ਤੋਂ ਆਪਣ ਰਾਗੀ ਸਿੰਘਾਂ ਨੇ ਬਹੁਤ ਹੀ ਰਸਮਈ ਕੀਰਤਨ ਕੀਤਾ ਹੈ। ਮੈਂ ਧੰਨਵਾਦ ਹਾਂ ਰਾਗੀ ਸਿੰਘਾਂ ਦਾ ਕਿ ਸਾਡੇ ਕੋਲ ਸਮਾਂ ਥੋੜ੍ਹਾ ਸੀ ਅਤੇ ਤੁਸੀਂ ਬਹੁਤ ਹੀ ਵਧੀਆ ਢੰਗ ਤਰੀਕੇ ਨਾਲ ਬਹੁਤ ਹੀ ਵਧੀਆ ਸੁਚੱਜੇ ਢੰਗ ਨਾਲ ਸੰਗਤ ਨੂੰ ਗੁਰਬਾਣੀ ਤੋਂ ਮਨੁੱਖਾ ਜਨਮ ਬਾਰੇ ਜਾਣੂ ਕਰਵਾਇਆ। ਜਿਸ ਗੁਰਪੁਰਬ ਦੇ ਵਿੱਚ ਸੀ ਸੋ
ਚੱਲਿਆ ਹੈ ਜ਼ਮਾਨਾ। ਰਾਣਾ ਰਾਮ ਦਾ ਮੋਲ ਹੈ ਰੰਗ ਨਾ ਤੁਮ ਫਕੀਰ ਵਾਰੀ ਅਕੂਆ ਬਣੀ ਕੋਈ ਨਾ ਬਦਲਦੀ। ਸਤਿਗੁਰੂ ਜੀ ਦੀ ਬਾਣੀ ਦੇ ਫੁਰਮਾਨ ਦੇ ਅਨੁਸਾਰ ਬਹੁਤ ਹੀ ਸਤਿਕਾਰਯੋਗ ਸਰਦਾਰ ਰਜਨੀਤ ਸਿੰਘ ਜੀ ਪੰਜਾਬ ਜੀ ਜਿਹਨੇ ਵੀ ਉਹਨਾਂ ਨੂੰ ਵਾਹਿਗੁਰੂ ਅਕਾਲ ਪੁਰਖ ਜੀ ਨੇ ਸਵਾਸਾਂ ਰੂਪੀ ਪੂਰੀ ਬਖਸ਼ ਕਰਕੇ ਇਸ ਮਾਤ ਲੋਕ ਸੰਸਾਰ ਪਿਛਲੇ ਕੁਝ ਦਿਨ ਹੋ ਗਏ ਹਨ ਆਪਣੇ ਸਵਾਸਾਂ ਰੂਪੀ ਪੂਰੀ ਨੂੰ ਸਮਾਪਤ ਕਰਦੇ ਹੋਏ ਆਪਣੇ ਪਰਿਵਾਰ ਨੂੰ ਰਿਸ਼ਤੇਦਾਰ ਸਾਥ ਸੰਬੰਧੀ ਸਮੂਹ ਨਗਰ ਨਿਵਾਸੀ ਨੂੰ ਸਦੀਵੀ ਵਿਛੋੜਾ ਦੇ ਕਰਕੇ ਇਸ ਮਾਤ ਲੋਕ ਸੰਸਾਰ ਨੂੰ ਪੁੱਛ ਕਰਕੇ ਸਾਰੇ ਹੀ ਪਰਿਵਾਰ ਦੇ ਦਾਮੇ ਸਤਿਗੁਰੂ ਜੀ ਦੇ ਬਾਣੀ ਵਿੱਚ ਰਹਿੰਦੇ ਹੋਏ ਪਿਛਲੀ ਹੋਈ ਦੋ ਦਿਨ ਵਿੱਚ ਰਹਿ ਰਹੇ ਜੋ ਗੁਰਬਾਣੀ ਦੇ ਪਾਠ ਦਾ ਆ
ਸਹਾਇ ਜਾਏ ਤੇ ਬਹਾਦਰ ਸੁਰੀਏ ਕਰਨ ਤਿਆਏ ਤਾਏ ਸਤਿ ਗੁਰ ਸਹਾਇ ਦਸਵੀਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਤਿ ਗੁਰ ਸਹਾਇ ਦਸਾਂ ਪਾਤਸ਼ਾਹਾਂ ਦੀ ਜੋਤ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਠ ਦਾ ਧਿਆਨ ਤਰਕੀ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜੀ ਮੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀ ਮੁਰਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਬਣ ਕੇ ਛਕਿਆ ਦੇਖ ਦਿਲਾਏ ਤੇ ਵਾਹੀ ਦੇਖ ਕੇ ਅੰਡਟ ਕੀਤਾ ਜਿਨ੍ਹਾਂ ਪਿਆਰਿਆਂ ਸਚਿਆਰਾਂ ਦੀ ਕਮਾਈ ਦਾ ਧਿਆਨ ਤਰਕੀ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸਿਸ ਦਿੱਤੇ ਬੰਦ ਬੰਦ ਕਰਵਾ ਸਿੱਖੀ ਕੇਸਾਂ ਸੁਵਾਸਾਂ ਸੰਗਰਾਲ ਵਾਹੀ ਜਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੀ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜੀ ਮੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੀ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਾ ਵੈ ਚਿਤਾਵਣ ਕਾ ਸਦਕਾ ਸਰਬ ਸੁਖੋ ਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰਚਿਆ ਰਹਿਤ ਦੇਖ ਦੇਖ ਫਤਿਹ ਮਿਰਤ ਕੀ ਪੈਜ ਪੰਥ ਕੋ ਦਾਨ ਭਰੋਸਾ ਦਾਨ ਦਾ ਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਦੇ ਦਰਸ਼ਨੀ ਇਸ਼ਨਾਨ ਚੌਂਕੀਆਂ ਝੰਡੇ ਹੋਂਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਜੀ ਸਿੱਖਾਂ ਦਾ ਮਾਨੀ ਵਾਂ ਮਤ ਉੱਚੀ ਮਤ ਬਾਦੇ ਰਾਖੀ ਨਨਕਾਣਾ ਸਾਹਿਬ ਤੇ ਹੋਰ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਜੀ ਖੁੱਲੇ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਲਕ ਆਪ ਜੀ ਦੇ ਕੀਲ ਕਰੇ ਕੀਲ ਕਰੇ ਦੇ ਹੰਝਣੋਆ ਚਿੰਤੇ ਬਾਜ ਪਈ ਬਾਜ ਪਏ ਤਿਸ ਰੱਬ ਦੇ ਕੀਲਾਂ ਵਿਸਰੀਆਂ ਜੋ ਮਨ ਚਿੱਤ ਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਏ ਘੱਲੀ ਆਵੇ ਨਾਨਕਾ ਸਦੀ ਉੱਠੀ ਜਾਏ ਜੀ ਦੇ ਮਾਂ ਬਾਕਾਂ ਸਾਰ ਆਪ ਜੀ ਦੇ ਦਰ ਕਰਦੇ ਸੇਵਕ ਸੁਰਵਾਸੀ ਸਰਦਾਰ ਪੈਨਿਕ ਸਿੰਘ ਜੀ ਬਜਾਜ ਜਿੰਨੀ ਆਪ ਜੀ ਨੇ ਸਵਾਸਾਂ ਦੀ ਪੂੰਜੀ ਬਖਸ਼ਿਸ਼ ਕੀਤੀ ਸਵਾਸਾਂ ਦੀ ਪੂੰਜੀ ਨੂੰ ਪੂਰੇ ਕਰਦਿਆਂ ਹੋਇਆਂ ਪਿਛਲੇ ਦਿਨੀ ਕਾਲ ਚਲਾਣਾ ਕਰ ਗਏ ਸਨ ਉਹਨਾਂ ਦੇ ਰੂਹ ਦੇ ਭਲੇ ਵਾਸਤੇ ਰੂਹ ਦੀ ਕਲਿਆਣ ਵਾਸਤੇ ਕੀਰਤਨ ਦੁਆਰਾ ਹਾਜ਼ਰੀ ਪਰਦਿਆਂ ਕੋਲੋਂ ਸੰਗਤ ਤੋਂ ਹਾਜ਼ਰੀ ਪਰਦਿਆਂ ਕੋਲੋਂ ਇੱਕ ਨਹੀਂ ਅਨੇਕਾਂ ਭੁੱਲਾਂ ਹੋ ਜਾਂਦੀਆਂ ਨੇ ਹੋਈਆਂ ਭੁੱਲਾਂ ਦੀ ਮਾਫ਼ੀ ਬਖਸ਼ਿਸ਼ ਕਰਨੀ ਅੱਗੇ ਤੋਂ ਸ਼ੁੱਧ ਸੇਵਾ ਸ਼ੁੱਧ ਬਾਣੀ ਪੜ੍ਹਨ ਦੀ ਸਮਰੱਥਾ ਬਖਸ਼ਿਸ਼ ਕਰਨੀ ਮੇਲ ਭਰਿਆ ਹੱਥ ਰੱਖਣਾ ਪਰਿਵਾਰ ਵੱਲੋਂ ਪਰਮਾ ਪੁਰਸ਼ਾਂ ਵੱਲੋਂ ਆਪ ਜੀ ਦੇ ਉੱਪਰ ਸੁੰਦਰ ਰਮਾਲੇ ਬੇਅੰਤ ਮਾਇਆ ਭੇਟਾ ਸੇਵਾ ਕੀਤੀ ਹੈ ਜੋ ਪਰਿਵਾਰ ਵੱਲੋਂ ਚੌਥ ਸਾਹਿਬ ਦੀ ਸੇਵਾ ਕੀਤੀ ਹੈ ਸਤਿਗੁਰੂ ਕਿਰਪਾ ਕਰਨੀ ਸੇਵਾ ਥਾਇ ਪਾਉਣੀ ਸੇਵਾ ਲੈ ਕੇ ਆਉਣੀ ਕਾਰਦਾਸ ਕਰਨੀ ਪਰਿਵਾਰ ਵੱਲੋਂ ਆਪ ਜੀ ਦੀਆਂ ਦਿੱਤੀਆਂ ਦਾਤਾਂ ਵਿੱਚੋਂ ਗ੍ਰਹਿ ਪ੍ਰਸ਼ਾਦੀ ਦੀ ਹਾਜ਼ਰ ਹੈ ਭੋਗ ਲਾਓ ਹਰੀ ਪਾਕ ਸਲ ਸੋਚ ਪਵਿੱਤਰਾ ਹੁਣ ਲਾਓ ਭੋਗ ਹਰਿ ਲਾਏ ਭੋਗ ਲਗਾ ਸਤਸੰਗ ਵਿੱਚ ਵਰਤੇ ਹੋ ਸਕੇ ਆਪ ਜੀ ਦਾ ਸਵਾਦ ਸਵਾਸ ਨਾਮ ਜਪੇ ਸਤਿਗੁਰੂ ਕਿਰਪਾ ਕਰਨੀ ਸੰਗਤਾਂ ਦੇ ਅਰਦਾਸ ਬੇਨਤੀ ਵੀ ਸ੍ਰੀ ਗੁਰੂ ਦੀ ਕਲਿਆਣ ਪਰਿਵਾਰ ਦੇ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਦੂਰੋਂ ਨੇੜਿਓਂ ਸੰਗਤਾਂ ਚੱਲ ਕੇ ਆਪ ਜੀ ਦੇ ਹਜ਼ੂਰੀ ਵਿੱਚ ਪਹੁੰਚੀਆਂ ਨੇ ਸਭ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰੋ ਸਰਬੱਤ ਦੇ ਕਾਲ ਰਸ ਕਰਨੇ ਸਰਬੱਤ ਦੀਆਂ ਦਾ ਭਲਾ ਕਰਨਾ ਨਗਰ ਖੇੜੇ ਤੇ ਫਸਲ ਵਾੜੀ ਤੇ ਮਿਹਰ ਭਰਿਆ ਹੱਥ ਰੱਖਣਾ ਆਪ ਆਈ ਸੰਗਤ ਨੂੰ ਹੁਕਮਨਾਮੇ ਸੁਣਾ ਕੇ ਨਿਹਾਲ ਕਰੋ ਸੁੱਖ ਹੋਵੇ ਨਾਮ ਚਿਤਾਵੇ ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਪਹਿਆ ਕਾਰ ਕੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ
ਨਾਮ ਨਾਲ ਆਪਣੀ
मेहनत करते ने परमात्मा ने कृपा की हौली हौली सारी तरक्की करके अज भी जेकर सरदार भजनीत सिंह जी का इस इलाके के सरदार रविंदर सिंह जी बजाज उन्होंने का नाम है तो मैं समझदा कि सरदार भजनीत सिंह की देन है। मेरे को समा बहुत घट है, जीता बहुत करता है कि इस परिवार बारे बहुत गल्ला करा पर समा नहीं हूँ क्योंकि वक् वक् साढ़े को दूर तो बुलाए पहुंचे ने वक् वक् शोक मते भी आए ने जिन्होंने ना इस परिवार ने जिन्होंने भारत विकास परिषद डाक पीएल की प्रतीक्षा निष्काम सेवा सोसायटी बहु योजना जी बजाज भाजपा मंडल प्रधान पैसी साइड यूनियन के प्रधान नरेंद्र जी सिंह जी बाबा नामदेव जी वेलफेयर सोसायटी बेसहारा वेलफेयर सोसायटी नगर कौंसल का प्रधान के समूह सरकार ये साढ़े को शोक मते आए ने। इन्होंने अलावा जिन्होंने परिवार के साथ दुख साझा किया है फोन के राही या हमदर्दी प्रकट की है उन्होंने सरदार जगमेजा सिंह जी सेखों कैबिनेट मंत्री पंजाब सरदार रविंदर सिंह जी संधु भगत सबका एम एल ए सरदार बलजिंदर सिंह जी हमदर्द जो कि अजीत अखबार के प्रतिगत ने जलंधर तो उन्होंने भी परिवार के साथ दुख साझा किया है। इस तो अलावा प्रोफेसर करपाल सिंह जी बंडूंगर प्रधान एस जी पी सी अवतार सिंह जी मिन्ना प्रधान जिला प्रधान श्रोमणी अकाली दल जो कि कनेडा गए हुए हैं उन्होंने कनेडा तो परिवार न फोन से दुख साझा किया है। मैं प्रधान बिल्कुल नाम तो बोल रही पर मैं उन्होंने सारे को माफी चाहना कि मैं समय की घाट करके थोड़ा नाम नहीं लै सकता। हूँ मैं बेनती करूँगा मास्टर गुरनाम सिंह जी ये सरदार जगमेजा सिंह जी सिखों बुलारे को बेनती करूंगा कि बुलारे ज्यादा नहीं सीमित समय के रहन बुलारे को यही बेनती है कि वह सीमित समय के रहन। बेनती करूंगा मास्टर गुरनाम सिंह जी कि ये सरदार जगमेजा सिंह जी सिखों तो आके सरदार भजनीत सिंह जी को श्रद्धा के फूल भेंट करूंगा। वाहेगुरु जी का खालसा वाहेगुरु जी की फतेह। गुरु ग्रंथ साहब की हाजरी में बैठे सत संगत जी अब अस सारे सरदार जगमेजा सिंह जो अज तो कुछ दिन पहला सारे को परमात्मा को चले गए उन्होंने आत्मा अरदास में शामिल होने लिए परिवार का साझा करने लिए इकत्र हुए हैं। वैसे तो आप सारा डर के गुरु महाराज अगर अरदास की और अरदास तो अगर गल कह नहीं आती पर परिवार वालों हुक्म होया जाने वाले वीर पति पिछक गए जान ये जग सराय मुसाफरों की रात तक अरदास तैयार होना राह दार तैयार रखे कोर्ट धंधा ਨਗਰ ਵਾਸੀਆਂ ਨਾਲ ਸਲੂਕੀਆਂ ਨਾਲ
ਪਿਆਰ ਪੈ ਜਾਂਦਾ ਹੈ। ਪਰ ਜਦੋਂ ਕੋਈ ਜੀਵ ਸੰਸਾਰ ਤੋਂ ਜਾਂਦਾ ਹੈ ਤਾਂ ਜਿੰਨੀ ਜਿੰਨੀ ਕਿਸੇ ਨਾਲ ਰੇਟਤਾ ਹੁੰਦੀ ਉਹਦੇ ਜਾਣ ਦਾ ਦੁੱਖ ਹੁੰਦਾ ਹੈ। ਸਮਾਜ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਸਕੀਆਂ ਸੰਬੰਧੀਆਂ ਨੂੰ ਉਹਨਾਂ ਦੇ ਜਾਣ ਦਾ ਬਹੁਤ ਦੁੱਖ ਹੈ। ਕੀਤਾ ਕੁਝ ਨਹੀਂ ਜਾ ਸਕਦਾ। ਪਰਮਾਤਮਾ ਦਾ ਫੈਸਲਾ ਹੈ ਅਤੇ ਆਪਾਂ ਨੂੰ ਸਾਨੂੰ ਵੀ ਸ਼ੋਕਮਤਾ ਭੇਜੀ ਹੈ। ਉਸ ਤੋਂ ਇਲਾਵਾ ਬੇਸਹਾਰਾ ਵੈਲਫੇਅਰ ਸੁਸਾਇਟੀ ਪ੍ਰਧਾਨ ਬਲਜੀਤ ਸਿੰਘ ਜੀ ਵੀ ਆ, ਉਹਨਾਂ ਨੂੰ ਵੀ ਸ਼ੋਕਮਤਾ ਆਇਆ। ਕੋਈ ਹੋਰ ਸ਼ੋਕਮਤੇ ਨਹੀਂ, ਸੈਂਟਰ ਐਸੋਸੀਏਸ਼ਨ ਸਰਦਾਰ ਜਗਮੀਤ ਸਿੰਘ ਜੀ ਪ੍ਰਧਾਨ, ਆਰਟੀ ਐਸੋਸੀਏਸ਼ਨ ਬਾਬਾ ਮਹਿਤਾ ਜੀ ਛਾਬੜਾ, ਅਰੋੜ ਵਿੱਚ ਸਭਾ ਮਾਲਵਾ ਐਸੋਸੀਏਸ਼ਨ ਪੱਤਰਕਾਰ ਸਰਦਾਰ ਜਸਵਿੰਦਰ ਸਿੰਘ ਜੀ ਸੰਧੂ, ਜੋ ਅਜੀਤ ਦੇ ਪ੍ਰਤੀਨਿਧ ਨੇ ਗੋਇਬਰ, ਅਤੇ ਸਾਰਾ ਸਟਾਫ, ਉਹਨਾਂ ਨੇ ਵੀ ਪਰਿਵਾਰ ਨਾਲ ਸਾਂਝਾ ਕੀਤਾ ਹੈ। ਨੌਜਵਾਨ ਲੋਕ ਭਾਈ ਸਭਾ, ਉਹਨਾਂ ਵੱਲੋਂ ਵੀ ਪਰਿਵਾਰ ਨਾਲ ਸਾਂਝਾ ਕੀਤਾ ਗਿਆ ਹੈ। ਸਾਡੇ ਕੋਲੋਂ ਕੁਛ ਬੁਲਾਰੇ ਨੇ, ਮੈਂ ਉਹਨਾਂ ਤੋਂ ਮਾਫ਼ੀ ਚਾਹਾਂਗਾ ਕਿ ਸਮੇਂ ਦੀ ਘਾਟ ਕਰਕੇ ਅਸੀਂ ਤੁਹਾਨੂੰ ਸਮਾਂ ਨਹੀਂ ਦੇ ਸਕਦੇ। ਜਿਨ੍ਹਾਂ ਵਿੱਚ ਭਾਈ ਜਸਪਾਲ ਸਿੰਘ ਜੀ ਪ੍ਰਧਾਨ, ਆਦਮੀ ਸਿੱਖ ਸਟੂਡੈਂਟ ਫੈਡਰੇਸ਼ਨ, ਸਰਦਾਰ ਜਸਪਾਲ ਸਿੰਘ ਜੀ ਸਰਪੰਚ ਕਰਨ ਵਾਲਾ, ਸਰਦਾਰ ਗੁਰਜਨ ਸਿੰਘ ਜੀ ਸਰਪੰਚ ਕਾਲੀਆ, ਸਰਦਾਰ ਚਰਨਜੀਤ ਸਿੰਘ ਜੀ ਚਾਵਲਾ, ਸਰਦਾਰ ਬਲਦੇਵ ਸਿੰਘ ਜੀ ਬਰਾੜ, ਇਹਨਾਂ ਸਾਰਿਆਂ ਤੋਂ ਮੈਂ ਮਾਫ਼ੀ ਚਾਹੁੰਦਾ। ਕਿਹਾ ਵੀ ਤੁਹਾਨੂੰ ਸਾਡੇ ਪਰਿਵਾਰ ਨਾਲ ਬਹੁਤ ਹਮਦਰਦੀ ਹੈ, ਤੁਸੀਂ ਦੁੱਖ ਪ੍ਰਗਟ ਕੀਤਾ ਹੈ, ਪਰ ਸਮੇਂ ਦੀ ਘਾਟ ਹੋਣ ਕਰਕੇ ਮੈਂ ਤੁਹਾਡੇ ਤੋਂ ਮਾਫ਼ੀ ਚਾਹੁੰਦਾ ਕਿ ਅਸੀਂ ਤੁਹਾਨੂੰ ਸਮਾਂ ਨਹੀਂ ਦੇ ਸਕਦੇ, ਕਿਉਂਕਿ ਸਾਡੇ ਕੋਲ ਬੁਲਾਰੇ ਬਹੁਤ ਦੂਰ ਦੂਰ ਤੋਂ ਪਹੁੰਚੇ ਨੇ। ਮੈਂ ਸਾਰਿਆਂ ਦਾ ਨਾਂ ਜ਼ਰੂਰ ਦੇਵਾਂਗਾ, ਪਰ ਮਾਫ਼ੀ ਮੰਗਾਂਗਾ ਕਿ ਸਮੇਂ ਦੀ ਘਾਟ ਹੋਣ ਕਰਕੇ ਸਮਾਂ ਨਹੀਂ ਦੇ ਸਕਦੇ। ਮੈਂ ਬੇਨਤੀ ਕਰੂੰਗਾ ਸਰਦਾਰ ਤਰਸੇਮ ਸਿੰਘ ਜੀ ਮੱਲਾ, ਸਾਬਕਾ ਪ੍ਰਧਾਨ ਨਗਰ ਕੌਂਸਲ ਕਰਮਣੀ ਭਾਈ, ਉਹ ਆ ਕੇ ਸੰਗਤਾਂ ਨੂੰ ਬਾਅਦ ਦੇ ਵਿੱਚ ਇਹਨਾਂ ਨੂੰ ਬੁਲਾ ਕੇ ਦਸਤਾਰ ਦਿੱਤੀ ਜਾਊਗੀ ਕਿ ਇਸ
ਸੰਸਾਰ ਵਿੱਚ ਬਾਰੇ ਨਹੀਂ ਪਹਿਲਾ ਪਰਮੇਸ਼ਰ ਜੀ ਪ੍ਰਾਣ ਪ੍ਰਭਾਸ਼ਾਲ ਜੀ ਉੱਪਰ ਚੱਲੀ ਇੰਗਲੈਂਡ ਤੋਂ ਕੋਈ ਪਹੁੰਚੇ ਨੇ ਉਹਨਾਂ ਨੇ ਵੀ ਪਰਿਵਾਰਾਂ ਵਿੱਚ ਸਾਂਝਾ ਕੀਤਾ ਅਮਰਜੀਤ ਸਿੰਘ ਜੀ ਮਹਿਤਾ ਗੁਰਪ੍ਰੀਤ ਸਿੰਘ ਜੀ ਮੈਟ ਸਿੰਘ ਉਹਨਾਂ ਨੇ ਵੀ ਪਰਿਵਾਰ ਨੂੰ ਸਾਂਝਾ ਕੀਤਾ ਉਸ ਤੋਂ ਇਲਾਵਾ ਇੰਦਰਜੀਤ ਸਿੰਘ ਜੀ ਖਾਲਸਾ ਫਰੀਦਕੋਟ ਤੋਂ ਦਲਜੀਤ ਸਿੰਘ ਜੀ ਐਮ ਸੀ ਫਿਰੋਜ਼ਪੁਰ ਸਤਾਰਿੰਦਰ ਸਿੰਘ ਜੀ ਸਰਪੰਚ ਰਾਜ ਬਲਰਾਜ ਸਿੰਘ ਜੀ ਰਾਜਾ ਸਰਪੰਚ ਖੋਰਤਾ ਜਿਹਦੇ ਨਾਲ ਪ੍ਰਦੀਪ ਸਿੰਘ ਜੀ ਗਿਆਨੀ ਇਹਨਾਂ ਸਾਰਿਆਂ ਬਾਰੇ ਤੋਂ ਮੈਂ ਮਾਫ਼ੀ ਚਾਹੁੰਦਾ ਕਿ ਸਮੇਂ ਦੀ ਘਾਟ ਕਰਕੇ ਤੁਹਾਨੂੰ ਸਮਾਂ ਨਹੀਂ ਦੇ ਸਕਦੇ ਹੁਣ ਮੈਂ ਬੇਨਤੀ ਕਰੂੰਗਾ ਸਤਾਰਿੰਦਰ ਸਿੰਘ ਜੀ ਜਿੰਦੂ ਸਾਬਕਾ ਐਮ ਐਲ ਏ ਫਿਰੋਜ਼ਪੁਰ ਦਿਹਾਤੀ ਉਹ ਆ ਕੇ ਸਤਾਰ ਭਜੀਤ ਸਿੰਘ ਜੀ ਸ਼ਰਧਾ ਦੇ ਫੁੱਲ ਭੇਟ ਕਰਨਗੇ ਸਤਾਰਿੰਦਰ ਸਿੰਘ ਜੀ ਜਿੰਦੂ ਸਾਬਕਾ ਐਮ ਐਲ ਏ ਫਿਰੋਜ਼ਪੁਰ ਦਿਹਾਤੀ ਸ਼ਰਧਾ ਦੇ ਫੁੱਲ ਭੇਟ ਕਰ ਲਿਆ ਤੇ ਪਰਿਵਾਰ ਦੇ ਨਾਲ ਤੁਰ ਸਾਰੇ ਕਰ ਲਿਆ ਮੇਰੇ ਤੋਂ ਪਹਿਲਾਂ ਬੋਲਣ ਵਾਲੇ ਵੀਰਾਂ ਨੇ ਬਜਾਜ ਸਾਹਿਬ ਦੀ ਜ਼ਿੰਦਗੀ ਬਾਰੇ ਜੋ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਸ਼ੁਰੂ ਤੋਂ ਮਿਹਨਤ ਕੀਤੀ ਔਰ ਆਪਣੇ ਪਰਿਵਾਰ ਨੂੰ ਤਰੱਕੀ ਦੀ ਬੁਲੰਦੀਆਂ ਤੇ ਲੈ ਕੇ ਗਏ ਅੱਜ ਪਰਿਵਾਰ ਦਾ ਨਾਂ ਇਸ ਇਲਾਕੇ ਚ ਵੀ ਹੈ ਆਪਣੇ ਰਿਸ਼ਤੇਦਾਰਾਂ ਦਾ ਪਹਿਲਾ ਜੋ ਉਹਨਾਂ ਨੇ ਆਪਣਾ ਮੇਲ ਜੋ ਰੱਖਿਆ ਜੋ ਉਹਨਾਂ ਦੇ ਬੇਟਿਆਂ ਨੇ ਪਹਿਲੇ ਪ੍ਰੈਸ ਰਿਪੋਰਟਰ ਵੀ ਇਸ ਇਲਾਕੇ ਦੇ ਵਿੱਚ ਆਪਣਾ ਨਾਮ ਕਮਾਇਆ ਇਸ ਸਮੇਂ ਹੈ ਕਿ ਪੰਜਾਬ ਸਾਹਿਬ ਦੀ ਦੇਖ ਜਿੰਨਾ ਜਿੱਦਾਂ ਪਰਿਵਾਰ ਦਾ ਮੋਦੀ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਛੋਟੇ ਤੋਂ ਲਾ ਕੇ ਵੱਡੇ ਜਿੱਦਾਂ ਉਹਨਾਂ ਨੂੰ ਸ਼ਿਕਸ਼ਾ ਦਿੰਦੇ ਹੈ ਉਹਨੇ ਆਪਣੇ ਬੱਚਿਆਂ ਨੂੰ ਔਰ ਪਰਿਵਾਰ ਨੂੰ ਕਿਸੇ ਗੱਲੋਂ ਕੋਈ ਕਮੀ ਛੱਡੀ ਜਿੱਥੇ ਜ਼ਿੰਦਗੀ ਨੇ ਮਿਹਨਤ ਕੀਤੀ ਉਹਨਾਂ ਆਪਣੇ ਜ਼ਿੰਦਗੀ ਗੁਰੂ ਚਰਨਾਂ ਦੇ ਵਿੱਚ ਵੀ ਲਾਈ ਹੈ ਅੱਜ ਉਹ ਚਲੇ ਗਏ ਤੇਰੇ ਪਰਿਵਾਰ ਕਿਸੇ ਦੀ ਜਾਣ ਤੇ ਪਹਿਚਾਣ ਦਾ ਕੋਈ ਮਤਾਜ ਨਹੀਂ ਹੈ ਅੱਜ ਦਾ ਇਕੱਠ ਦੱਸਦਾ ਕਿ ਇਸ ਇਲਾਕੇ ਕਿਤੇ ਆਪਣੇ ਪੈਰਾਂ ਭਰਾਵਾਂ ਦੇ ਵਿੱਚ ਉਹਨਾਂ ਨੇ ਕਿੰਨਾ ਆਪਣਾ ਜ਼ਿੰਦਗੀ ਦੇ ਵਿੱਚ ਪਿਆਰ ਬਣਾਇਆ ਸੀ ਵਿਸ਼ਵਾਸ ਲੈ ਕੇ ਪਰਮਾਤਮਾ ਨੇ ਉਹਨੇ ਹੀ ਆਪਾਂ ਲੈ ਗਏ ਉਸ ਤੋਂ ਬਾਅਦ ਉਸ ਚਰਨਾਂ ਦੇ ਵਿੱਚ ਜਾ ਬੈਠਣਾ ਮੈਂ ਆਪਣੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਜੋ ਕਿ ਪਰਿਵਾਰ ਹਮੇਸ਼ਾ ਸਾਡੀ ਜ਼ਿੰਦਗੀ ਇਹਨਾਂ ਨੇ ਇਸ ਪਾਰਟੀ ਦੇ ਨਾਲ ਲਾਤੀ ਹੈ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਤੇ ਪਰਮਾਤਮਾ ਅੱਗੇ ਅਰਦਾਸ ਕਰਦੇ ਕਿ ਪਰਮਾਤਮਾ ਉਹਨਾਂ ਨੂੰ ਚਰਨਾਂ ਵਿੱਚ ਬਖਸ਼ ਬਖਸ਼ਣ ਪਿੱਛੇ ਪਰਿਵਾਰ ਨੂੰ ਪਹਾੜਾਂ ਨੂੰ ਦਾ ਬਲ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜਿਹਾ ਜੀ ਨੇ ਲਿਖਿਆ ਤੇ ਹੁਕਮ ਕਮਾਏ ਇਕੱਲੇ ਆਏ ਨਾਨਕਾ ਸਦੇ ਹੋ ਗਿਆ ਮਰਨਾ ਰਖਾਏ ਮੰਡਲ ਪਿਆ ਸਾਡੇ ਬਹੁਤ ਹੀ ਸਰਕਾਰ ਜੋ ਸਰਦਾਰਜੀਤ ਸਿੰਘ ਜੀ ਬਜਾਜ ਇਸ ਸੰਸਾਰ 'ਤੇ ਆਏ ਆਪਣੇ ਸਵਾਸਾਂ ਦੀ ਪੂੰਜੀ ਭੋਗ ਕੇ ਗੁਰੂ ਚਰਨਾਂ ਵਿੱਚ ਜਾ ਕਰਾਤੇ ਆਪਾਂ ਸਾਰੇ ਰਿਸ਼ਤੇਦਾਰ ਸਾਕ ਸੰਬੰਧੀ ਸੱਜਣ ਮਿੱਤਰ ਦੋਸਤ ਭੈਣ ਭਰਾ ਉਹਨਾਂ ਨੂੰ ਸ਼ਰਧਾ ਦੇ ਗੁਰਭੇਟ ਕਰਨ
ਉਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਸਾਰੇ ਇੱਥੇ ਇਕੱਤਰ ਹੋਏ ਹਨ। ਸਾਹਿਬ ਸ਼ਹੀਦ ਸਿੰਘ ਬਜਾਜ ਬਾਰੇ ਸਾਰੇ ਹੀ ਬੁਲਾਰਿਆਂ ਨੇ ਬਹੁਤ ਡਿਟੇਲ ਨਾਲ ਦੱਸ ਦਿੱਤਾ, ਕਿਉਂਕਿ ਮੇਰਾ ਵੀ ਨਿੱਜੀ ਤੌਰ 'ਤੇ ਇਸ ਪਰਿਵਾਰ ਦਾ ਉਹ ਆਪਣਾ ਪਰਿਵਾਰ ਹੋਣ ਕਰਕੇ ਬਹੁਤ ਪਿਆਰ ਅਤੇ ਸਤਿਕਾਰ ਹੈ। ਸਾਹਿਬ ਸ਼ਹੀਦ ਸਿੰਘ ਜੀ ਬਹੁਤ ਗੁਰੂ ਘਰ ਨੂੰ ਮੰਨਣ ਵਾਲੇ ਨਿਤਨੇਮੀ ਗੁਰੂ ਘਰ ਦੇ ਬਹੁਤ ਹੀ ਅਨੰਦ ਸੇਵਕ ਸਨ। ਇਹ ਸਮੁੱਚਾ ਪਰਿਵਾਰ ਹੀ ਗੁਰੂ ਘਰ ਦਾ ਬੜਾ ਸ਼ਰਧਾਲੂ ਹੈ, ਬਹੁਤ ਵਧੀਆ ਮਿਲਣਸਾਰ ਅਤੇ ਵਧੀਆ ਪਰਿਵਾਰ ਹੈ। ਇਸ ਪਰਿਵਾਰ ਦਾ ਇਸ ਨਗਰ ਜਿੰਦਗੀ ਇਲਾਕੇ 'ਚ ਬਹੁਤ ਮਾਣ ਅਤੇ ਸਤਿਕਾਰ, ਕਿਉਂਕਿ ਇਸ ਪਰਿਵਾਰ ਨੇ ਬਹੁਤ ਮਿਹਨਤ ਕੀਤੀ। ਸਾਹਿਬ ਸ਼ਹੀਦ ਸਿੰਘ ਦੇ ਅਤੇ ਇਹਨਾਂ ਦੇ ਸਮੁੱਚੇ ਬਜਾਜ ਪਰਿਵਾਰ ਨੇ ਬਹੁਤ ਮਿਹਨਤ ਕਰਕੇ ਆਪਣੇ ਪਰਿਵਾਰ ਨੂੰ, ਆਪਣੇ ਬੱਚਿਆਂ ਨੂੰ ਬਹੁਤ ਵਧੀਆ ਕੰਮ ਲਾਇਆ, ਬਹੁਤ ਵਧੀਆ ਸੈੱਟ ਕੀਤਾ। ਅੱਜ ਇਸ ਪਰਿਵਾਰ ਦਾ ਬਹੁਤ ਨਾਮ ਹੈ। ਸਾਹਿਬਿੰਦਰ ਸਿੰਘ ਜੋ ਕਿ ਅਜੀਤ ਦੇ ਪੱਤਰਕਾਰ ਹਨ, ਬਹੁਤ ਹੀ ਪੱਤਰਕਾਰੀ ਵਿੱਚ ਵੀ ਸਰਦਾਰ ਰਜਿੰਦਰ ਸਿੰਘ ਜੀ ਹਮਦਰਦ ਦੇ ਨਾਲ ਉਹਨਾਂ ਦੇ ਸਮੁੱਚੇ ਸਰਦਾਰ ਜਸਵਿੰਦਰ ਸਿੰਘ ਜੀ ਪੱਤਰਕਾਰ ਫਿਰੋਜ਼ਪੁਰ ਤੋਂ, ਅਜੀਤ ਦੇ ਸਮੁੱਚਾ ਸਟਾਫ, ਸਾਰੇ ਹੀ ਪ੍ਰੈਸ ਰਿਪੋਰਟਰ ਇੱਥੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਇੱਥੇ ਸਾਰੇ ਆਏ ਹੈ। ਮੈਂ ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ ਸਾਹਿਬ ਜਗਜੀਤ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਅਤੇ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਸ੍ਰੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੀ, ਪਿੱਛੇ ਪਰਿਵਾਰ ਨੂੰ, ਬੱਚਿਆਂ ਨੂੰ, ਸਮੁੱਚੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਾਤ ਬਖਸ਼ੀ। ਮੈਂ ਇਹ ਸੰਗਤ ਦਾ ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ, ਸਮੂਹ ਪਰਿਵਾਰ, ਸਮੂਹ ਬਜਾਜ ਪਰਿਵਾਰ, ਕਮਰਾ ਪਰਿਵਾਰ ਔਰ ਝਾਮ ਪਰਿਵਾਰ ਵੱਲੋਂ ਸਾਰੀਆਂ ਇਹ ਸੰਗਤਾਂ ਦਾ ਬਹੁਤ ਧੰਨਵਾਦ ਕਰਦਾ। ਤੁਸੀਂ ਆਪਣੇ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ, ਉਹਨਾਂ ਦੇ ਤੁਸੀਂ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋ ਕੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਸ੍ਰੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ। ਮੈਂ ਉਹਨਾਂ ਦੀ ਯਾਦ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਨਿੱਜੀ ਫੰਡ ਵਿੱਚੋਂ 21,000 ਰੁਪਇਆ ਗੁਰਦੁਆਰਾ ਸਾਹਿਬ ਦੇ ਪ੍ਰਮੁੱਖ ਵਾਸਤੇ ਉਹ ਦਿੰਦਾ ਅਤੇ ਕੁਛ ਪਰਿਵਾਰ ਨੇ ਕੁਛ ਦਾਨ ਪੁੰਨ ਕੀਤਾ, ਪਰਿਵਾਰ ਨੇ ਦਾਨ ਕੀਤਾ। ਮੈਂ ਪਰਿਵਾਰ ਵੱਲੋਂ ਬਹੁਤ ਧੰਨਵਾਦ ਕਰਦਾ, ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਾਮ ਘਾਟ ਨੂੰ ਦਿੱਤਾ ਜੀ ਸੰਗਤ ਨੂੰ ਬੇਨਤੀ ਹੈ ਕਿ ਆਈ ਹੋਈ ਸੰਗਤ ਲਈ ਲੰਗਰ ਤਿਆਰ